ਕਿਸਾਨੀ ਵੀ ਕੀ ਹਾਲ ਹੋ ਗਿਆ ਨਰਮੇ ਦਾ ਪਹਿਲਾਂ ਵਾਲੇ ਕਰਜ਼ੇ ਦੁੱਗਣੇ ਹੋ ਗਏ ਕਿਸਾਨ ਦੇ ਉੱਤੇ ਅੱਜ ਦੇ ਟਾਈਮ 'ਚ ਹੁਣ ਇਹ ਪਹਿਲਾਂ ਵਾਲੇ ਵਾਅਦੇ ਵੀ ਜਿਹੜੇ ਦੋ ਦੋ ਤਿੰਨ ਤਿੰਨ ਲੱਖ ਦੇ ਕਰਜ਼ੇ ਉਹ ਵੀ ਕਿਸੇ ਕਿਸਾਨ ਨੂੰ ਕੋਈ ਨਹੀਂ ਮਿਲਿਆ ਜੀ ਮੂਲੇ ਬੰਦੇ ਸੀ ਜਿਹੜੇ ਉਹਨਾਂ ਨੂੰ ਮੁਆਵਜ਼ਾ ਮਿਲਿਆ ਉਹ ਵੀ ਸਿਫਾਰਿਸ਼ ਵਾਲਾ ਜੀ ਕੱਲ ਹੀ ਕੈਬਨਿਟ ਆ ਲੇਕਿਨ ਇਸ ਮੁੱਦੇ ਤੇ ਕੈਬਨਿਟ ਨਹੀਂ ਮੁੱਦੇ ਹੋਰ ਸੀ ਇਹ ਮੁੱਦੇ ਤਾਂ ਸਾਰੇ ਹੁੰਦੇ ਸਾਨੂੰ ਸੀਆਂ ਦੀ ਵੀ ਹੋਰ पंजाब के नवे ट्रांसपोर्ट मंत्री अमरिंदर राजा वड़िंग जिथे अज सरकारी बसों के सफ़र करते नज़र आए उत्थे ही बठिंडे के पिंडां दे विच लोकां दे नाल वार्तालाप करन भी पहुँचे पर जदों पिंडां दे विच पैर रख्या तां लोकां वल्लों मुड़ तों घिराओ किया गया सवाल जवाब किए गए पर अमरिंदर राजा वड़िंग सवालों के जवाब देंदे हुए किते फसदे नज़र आए दरअसल उन्होंने कर्ज़ माफ़ी की जदों सवाल पाया किसानों ने पूछा कि नरमे की फसल खराब होने तो बाद पंजाब सरकार वालों हले तक उन्होंने मुआवजा जारी नहीं किया गया तो उन्होंने कर्जे हुण दूने हो चुके हैं तो राजा वड़िंग कोई पिछलिया सरकार दीयां प्राप्तियां गणवाउन लगे कि आ साल दे विच असी इन्ना कर्जा माफ़ किया सी ते किसानों वालों अगों टोकया गया कि पुरानियां गल्लां ना करो हुण दी गल करो हुण नरमे दे किसानों नूं जिहड़ा नुकसान होया उसका मुआवजा कदों दिता जाएगा पहलां सुनो ये वार्तालाप एक किसान लोहारे तो मर चले गए जो मैं उत्थे गया वो कहते भी नहीं असी तू पास हट पिछे ना ही मेरा बंदा से वो कहते नहीं भी गल नहीं फिर मैं उत्थे जिहड़ा आपदी जेब चो देना सी वो मैं क्या चलो जिथे कोई होर मंगूगा उत्थे दे देंगे ठीक है सीधी गल है सामने जी जे वादे किए कर्ज वाले अज देखो तो किसानी भी की हाल हो गया नरमे का पहला वाले कर्ज दुगने हो गए किसान के उत्ते अज के टाइम च ਹੁਣ ਇਹ ਪਹਿਲਾਂ ਵਾਲੇ ਵਾਅਦੇ ਵੀ ਜਿਹੜੇ ਦੋ ਦੋ ਤਿੰਨ ਤਿੰਨ ਲੱਖ ਦੇ ਕਰਜ਼ੇ ਉਹ ਵੀ ਕਿਸੇ ਕਿਸਾਨ ਨੂੰ ਕੋਈ ਨਹੀਂ ਮਿਲੇ ਥੱਲੇ ਮੂਹਰਲੇ ਬੰਦੇ ਸੀ ਜਿਹੜੇ ਉਹਨਾਂ ਨੂੰ ਮੁਆਵਜ਼ਾ ਮਿਲਿਆ ਉਹ ਵੀ ਸਿਫਾਰਿਸ਼ ਵਾਲਾ ਮੇਰੇ ਤੋਂ ਸਿੱਧੀ ਗੱਲ ਨਹੀਂ ਸੁਣ ਲਓ ਮੇਰੀ ਗੱਲ ਅਸੀਂ ਵਾਅਦਾ ਕੀਤਾ ਸੀ ਬਿਲਕੁਲ ਅਸੀਂ ਵਾਅਦਾ ਕੀਤਾ ਸੀ ਸਾਡੇ ਕੋਲੇ ਪੈਸੇ ਦੇ ਹਾਲਾਤ ਠੀਕ ਹੋਣ ਨਾ ਕਰਕੇ ਠੀਕ ਹੋਣ ਕਰਕੇ ਅਸੀਂ ਉਹਨਾਂ ਵਾਅਦਾ ਪੂਰਾ ਨਹੀਂ ਕਰ ਸਕੇ ਜਿੰਨਾ ਸਾਨੂੰ ਕਰਨਾ ਚਾਹੀਦਾ ਸੀ ਪਰ ਇੱਕ ਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਚਾਹੇ ਮਨਮੋਹਨ ਸਿੰਘ ਦੀ ਸਰਕਾਰ ਸੀ ਸੈਂਟਰ 30,000 ਕਰੋੜ ਰੁਪਇਆ ਆਪਦੇ ਬਾਬਾ ਜੀ ਨੂੰ ਪੁੱਛ ਲਿਓ ਉਦੋਂ ਕਿਸੇ ਦਾ ਲੱਖ ਮਾਫ ਹੋਇਆ ਕਿਸੇ ਦਾ 4 ਲੱਖ ਹੋਇਆ ਕਿਸੇ ਦਾ 3 ਹੋਇਆ ਇਸ ਤਾਂ ਹੁਣ ਨਰਮੇ ਦਾ ਕਹਿੰਦੇ ਵੀ ਨਰਮੇ ਦਾ ਮੁਆਵਜ਼ਾ ਤਾਂ ਕਾਂਗਰਸ ਨੇ ਕੋਈ ਰਾਜ ਆਇਆ ਸਿੱਖ ਲੋਕ ਕਹਿੰਦੇ ਵੀ ਅਸੀਂ ਕਿਸਾਨ ਪਾਰਟੀ ਹੈ ਫਲਾਨੀ ਪਾਰਟੀ ਹੈ ਉਹਨੇ ਕਿਸੇ ਦਾ ਰੁਪਿਆ ਮਾਫ ਨਹੀਂ ਕੀਤਾ ਪਰ ਇਸ ਵਾਰੀ ਵੀ ਕਿਸੇ ਦਾ 50,000 ਹੋਇਆ ਜਾਂ 60,000 ਹੋਇਆ ਜਾਂ 2 ਲੱਖ ਹੋਇਆ ਉਹ ਕਾਂਗਰਸ ਦੇ ਰਾਜ ਹੈ ਸਰ 2015 ਚ ਨਰਮੇ ਦਾ ਘੋਲ ਚੱਲਿਆ ਤੁਸੀਂ ਖੁਦ ਆ ਕੇ ਵਿੱਚ ਬੈਠੇ ਸੀ ਵਲੰਟੀਅਰਾਂ ਤੌਰ ਤੇ ਥੋੜੀ ਭੱਜ ਦੌੜ ਵੀ ਹੋਈ ਹੋਰ ਵੀ ਹੋ ਗਿਆ ਸੀ ਮੈਡਮ 15 ਦੀ ਗੱਲ ਹੈ ਜੀ 2015 ਦੀ ਹਾਂਜੀ ਮੈਨੂੰ ਭਜਾ ਦਿੱਤਾ ਸੀ ਤੁਸੀਂ ਯਾਰ ਨਹੀਂ ਜੀ ਨਹੀਂ ਅਸੀਂ ਸਾਡਾ ਤੁਸੀਂ ਗੱਲ ਸੁਣੋ ਸਾਡਾ ਇੱਕ ਨਰੋਲ ਆ ਇਹ ਜਥੇਬੰਦੀ ਦਾ ਢਾਂਚਾ ਹੀ ਇਹੋ ਜਿਹਾ ਵੀ ਅਸੀਂ ਸਿਆਸੀ ਧਿਰ ਨੂੰ ਬਹੁਤਾ ਉਹਦੇ 'ਚ ਨਹੀਂ ਉਹ ਕਰਨ ਦੇ ਉਹ ਸੋਨੂੰ ਵੀ ਧਿਆਨ 'ਚ ਪਰ ਅਸੀਂ ਇਹ ਉਮੀਦ ਕਰਦੇ ਹਾਂ ਰਾਜਾ ਸਾਹਿਬ ਜੀ ਇੱਕ ਮਿੰਟ ਸਾਨੂੰ ਆਏ 2015 'ਚ ਤੁਸੀਂ ਬਿਲਕੁਲ ਆ ਕੇ ਬੈਠੇ ਹਾਂ ਠੀਕ ਆ ਤੁਸੀਂ ਸਮਝਿਆ ਵੀ ਇਹ ਦੁੱਖ ਹੈਗਾ ਕਿਸਾਨਾਂ ਨੂੰ ਨਰਮਾ ਮਰ ਗਿਆ ਹੁਣ ਤਾਂ ਦੱਸੋ ਤੁਸੀਂ ਵੀ ਬਿਲਕੁਲ ਸਰਕਾਰ ਦੇ ਵਿੱਚ ਬੈਠ ਕੇ ਆਉਣ ਵਾਲੇ ਦਿਨਾਂ 'ਚ ਤੁਸੀਂ ਜ਼ੋਰ ਨਾਲ ਇਸ ਗੱਲ ਤੇ ਪਹਿਰਾ ਮੰਤਰੀ ਆ ਗਿਆ ਕੱਲ ਹੀ ਕੈਬਨਿਟ ਆ ਲੇਕਿਨ ਇਸ ਮੁੱਦੇ ਤੇ ਕੈਬਨਿਟ ਨਹੀਂ ਮੁੱਦੇ ਹੋਰ ਸੀ ਇਹ ਮੁੱਦੇ ਤਾਂ ਸਾਰੇ ਹੁੰਦੇ ਸਾਨੂੰ ਸੀਆਂ ਦੀ ਵੀ ਹੋਰ ਰੱਖੋ ਨਾ ਨਹੀਂ ਜਿਹੜੀ ਗੱਲ ਹੋ ਗਈ ਹੁਣ ਅਗਲੇ ਦੇਖੋ ਯਾਰ ਇੱਕ ਮਿੰਟ ਮੇਰੀ ਤੁਹਾਨੂੰ ਬੇਨਤੀ ਹੈ ਹਾਈ ਪ੍ਰੋਬਲਮ ਹੈ ਹਾਂਜੀ ਹਾਈ ਪ੍ਰੋਬਲਮ ਹੈ ਤੁਸੀਂ ਭਾਵੇਂ ਮੈਨੂੰ ਗਾਲਾਂ ਕੱਢ ਲਓ ਪਹਿਲਾਂ ਸੁਣ ਇੱਕ ਮਿੰਟ ਇੱਕ ਗੱਲ ਦੀ ਕਮੀ ਹੈ ਸੋ ਅਮਰਿੰਦਰ ਰਾਜਾ ਵੜਿੰਗ ਵੱਲੋਂ ਅਹੁਦਾ ਸੰਭਾਲਦਿਆਂ ਹੀ ਕਾਰਜਕ ਸ਼ੈਲੀ ਸ਼ੁਰੂ ਕਰ ਦਿੱਤੀ ਗਈ ਹੈ ਪਿੰਡਾਂ ਦੇ ਵਿੱਚ ਵੀ ਪਹੁੰਚੇ ਨੇ ਪਰ ਉੱਥੇ ਸਵਾਲਾਂ ਦੇ ਢੇਰਾਂ ਦਾ ਜਵਾਬ ਦੇਣਾ ਪੈ ਗਿਆ ਇਸ ਸਾਰੇ ਘਟਨਾਕ੍ਰਮ ਉੱਤੇ ਆਪਣੇ ਵਿਚਾਰ ਦਿਓ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ